ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਸਿੱਕਮ ਪਹੁੰਚੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਖ ਸੰਗਤਾਂ ਸ੍ਰੀ ਹੇਮਕੁੰਡ ਸਾਹਿਬ ਤੇ ਹੋਰ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਂਦੀਆਂ ਹਨ, ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੇ ਆਉਣ ਵਾਲੇ ਸਥਾਨਾਂ ਨੂੰ ਵੀ ਸੰਭਾਲਣ ਦਾ ਯਤਨ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਸਦਕਾ ਗੁਰੂ ਡਾਂਗ ਮਾਰਗ ਸਾਹਿਬ ਵਿਖੇ ਪਹੁੰਚੇ ਹਾਂ। ਇਹ ਉਹ ਪਾਵਨ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੀਸਰੀ ਉਦਾਸੀ ਉੱਤਰ ਦੀ ਦੌਰਾਨ ਵਾਪਸ ਮੁੜਦਿਆਂ ਤਿੱਬਤ ਅਤੇ ਚਾਈਨਾ ਰਾਹੀਂ ਇਸ ਜਗ੍ਹਾ ਦੇ ਉੱਤੇ ਆਪਣੇ ਮੁਬਾਰਕ ਚਰਨ ਪਾਏ। ਇੱਥੋਂ ਦੇ ਸਥਾਨਕ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਇੱਥੇ ਪਾਣੀ ਦੀ ਬੜੀ ਕਮੀ ਹੈ, ਪਾਣੀ ਜੰਮਿਆ ਹੋਇਆ ਹੈ, ਤਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਝੀਲ ਦੇ ਉੱਤੇ ਆਪਣੇ ਹੱਥ ਦੇ ਵਿੱਚ ਪਕੜੀ ਹੋਈ ਖੂੰਡੀ ਇਸ ਅਸਥਾਨ ਦੇ ਨਾਲ ਛੁਹਾਈ। ਤਾਂ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਖੂੰਡੀ ਛੁਹਾਈ, ਡਾਂਗ ਛੁਹਾਈ, ਉਸ ਜਗ੍ਹਾ ਦੇ ਉੱਤੇ ਝੀਲ ਦਾ ਪਾਣੀ ਜਿਹੜਾ ਹੈ ਉਹ ਬਿਲਕੁਲ ਅਣਜੰਮਿਆ ਅਤੇ ਵਗਦਾ ਹੈ। ਬਾਕੀ ਸਾਰੀ ਝੀਲ ਜਿਹੜੀ ਹੈ ਉਹ ਬਰਫ਼ ਦੇ ਨਾਲ ਜੰਮੀ ਪਈ ਹੈ, ਪਰ ਜਿਹੜਾ ਪਾਣੀ ਵਗਦਾ ਹੈ, ਜਿਹੜਾ ਪਾਣੀ ਜੰਮਦਾ ਨਹੀਂ ਕਦੇ ਵੀ, ਉੱਥੋਂ ਅੱਜ ਵੀ ਭਾਰਤੀ ਫੌਜ ਦੀਆਂ ਗੱਡੀਆਂ ਜਿਹੜੀਆਂ ਪਾਣੀ ਸਪਲਾਈ ਕਰਦੀਆਂ ਨੇ ਆਪਣੇ ਕੈਂਪਾਂ ਦੇ ਅੰਦਰ। ਉੱਪਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਆਪ ਜੀ ਨੂੰ ਪਤਾ ਹੀ ਹੈ ਸਾਰੀਆਂ ਸੰਗਤਾਂ ਨੂੰ ਕਿ ਗੁਰਦੁਆਰਾ ਸਾਹਿਬ ਜਿਹੜਾ ਹੈ ਸਰਕਾਰ ਵੱਲੋਂ ਸੀਲ ਕਰ ਦਿੱਤਾ ਗਿਆ। ਗੰਗਟੋਕ ਹਾਈਕੋਰਟ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਔਰ ਸਿਲੀਗੁੜੀ ਦੀ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਬਾਖੂਬੀ ਇਹ ਕੇਸ ਜਿਹੜਾ ਕੋਰਟ ਦੇ ਵਿੱਚ ਲੜ ਰਹੀ ਹੈ। ਅਤੇ ਮੈਂ ਸਿੱਖ ਸੰਗਤਾਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਵਸਦੀਆਂ ਉਹਨਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਕੁਝ ਲੋਕ ਜਿਹੜੇ ਹੈ ਉਹ ਆਪਣੀ ਫੋਕੀ ਚੌਧਰ ਬਣਾਉਣ ਦੇ ਲਈ ਇਸ ਕੇਸ ਨੂੰ ਜਿਹੜਾ ਹੈ ਦਖਲ ਅੰਦਾਜ਼ੀ ਕਰਕੇ ਖਰਾਬ ਵੀ ਕਰ ਰਹੇ ਹੈ। ਅਤੇ ਉਹਨਾਂ ਲੋਕਾਂ ਦੀ ਜਿਹੜੇ ਕੇਸ ਖਰਾਬ ਕਰ ਰਹੇ ਹੈ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਵਾਬ ਤਲਬੀ ਜਿਹੜੀ ਹੈ ਉਹ ਕੀਤੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਕਾਫੀ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਸਥਾਨਕ ਸਿੱਖਾਂ ਤੋਂ ਹਾਸਲ ਕੀਤੀਆਂ ਨੇ ਉਹਨਾਂ ਦੇ ਦੱਸਣ ਮੁਤਾਬਕ ਕਿ ਕੁਝ ਲੋਕ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇਸ ਅਸਥਾਨ ਦੇ ਨਾਂ ਦੇ ਉੱਤੇ ਪੈਸਾ ਇਕੱਠਾ ਕਰ ਰਹੇ ਨੇ। ਅਤੇ ਮੈਂ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਸ ਅਸਥਾਨ ਦੇ ਨਾਂ ਦੇ ਉੱਤੇ ਕਿਸੇ ਨੂੰ ਵੀ ਜਿਹੜਾ ਹੈ ਕੋਈ ਪੈਸਾ ਜਿਹੜਾ ਹੈ ਕੇਸ ਲੜਨ ਵਾਸਤੇ ਨਾ ਦਿੱਤਾ ਜਾਵੇ। ਗੁਰਦੁਆਰਾ ਸਿੰਘ ਸਭਾ ਸਿਲੀਗੁੜੀ ਅਤੇ ਖਾਸ ਤੌਰ ਦੇ ਉੱਤੇ ਗੁਰਦੁਆਰਾ ਚੁੰਗ ਥਾਮ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ, ਉੱਥੇ ਵੀ ਸਥਾਨਕ ਲੋਕ ਜਿਹੜੇ ਕਈ ਪਰੇਸ਼ਾਨੀਆਂ ਖੜੀਆਂ ਕਰ ਰਹੇ ਆ। ਮੈਂ ਕਾਰ ਸੇਵਾ ਵਾਲੇ ਬਾਹਾਂਪੁਰਖ ਬਾਬਾ ਬਚਨ ਸਿੰਘ ਜੀ ਜੋ ਬਾਬਾ ਹਰਬੰਸ ਸਿੰਘ ਜੀ ਵੱਲੋਂ ਵਰਸਾਏ ਨੇ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਕਿ ਉਹਨਾਂ ਵੱਲੋਂ ਹੀ ਇੱਥੇ ਜਥੇਦਾਰ ਬਾਬਾ ਯਾਦਵਿੰਦਰ ਸਿੰਘ ਪ੍ਰਬੰਧ ਸੰਭਾਲ ਰਹੇ ਨੇ ਔਰ ਭਾਰਤੀ ਫੌਜ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਨੇ ਬਾਬਾ ਯਾਦਵਿੰਦਰ ਸਿੰਘ ਨੂੰ ਬਹੁਤ ਸਹਿਯੋਗ ਦੇ ਰਹੇ ਨੇ, ਉਹ ਵੀ ਸਾਰੀ ਕੇਸ ਦੀ ਜਿਹੜੀ ਹੈ ਦੇਖ ਰੇਖ ਕਰ ਰਹੇ ਨੇ। ਇਹ ਬੜਾ ਇਤਿਹਾਸਿਕ ਅਤੇ ਮੁਬਾਰਕ ਸਥਾਨ ਹੈ। ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਅਸਥਾਨ ਦੇ ਅਣਗੌਲੇ ਅਸਥਾਨ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਸਿੱਖ ਸੰਗਤਾਂ ਜ਼ਰੂਰ ਪੁੱਜਣ। ਅਸੀਂ ਹੇਮਕੁੰਡ ਜਾਂਦੇ ਹਾਂ, ਬੜੀ ਵੱਡੀ ਗਿਣਤੀ ਦੇ ਵਿੱਚ ਜਾਂਦੇ ਹਾਂ, ਤਾਂ ਸਿੱਖ ਸੰਗਤ ਜਿਹੜੀ ਹੈ ਇਸ ਅਸਥਾਨ ਦੇ ਉੱਤੇ ਵੀ ਪਹੁੰਚੇ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਪਣਾ ਮੁਬਾਰਕ ਚਰਨ ਛੋਹ ਪ੍ਰਾਪਤ ਅਸਥਾਨ ਹੈ। ਪਰ ਨਾਲ ਹੀ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਸੰਗਤ ਵੀ ਇੱਥੇ ਪੁੱਜੇ ਸਿਲੀਗੁੜੀ ਤੋਂ ਆਪਣੇ ਆਕਸੀਜਨ ਦੇ ਸਿਲੰਡਰ ਜਿਹੜੇ ਹੈ ਉਹ ਨਾਲ ਲੈ ਕੇ ਆਵੇ, ਕਿਉਂਕਿ ਇੱਥੇ ਆਕਸੀਜਨ ਦੀ ਜਿਹੜੀ ਹੈ ਬਹੁਤ ਭਾਰੀ ਮਾਤਰਾ ਦੇ ਵਿੱਚ ਕਮੀ ਹੈ। ਇਹ ਸਿੱਖ ਸੰਗਤਾਂ ਨੂੰ ਮੈਂ ਫਿਰ ਬੇਨਤੀ ਕਰਦਾ ਕਿ ਅਸੀਂ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਬਾਕੀ ਗੁਰੂ ਸਾਹਿਬਾਨਾਂ ਦੇ ਅਣਗੌਲੇ ਸਥਾਨ ਹੈ ਅਤੇ ਉਹਨਾਂ ਨੂੰ ਜਿਹੜਾ ਹੈ ਆਪਾਂ ਸੰਭਾਲਣ ਦਾ ਯਤਨ ਕਰੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਵੀ ਸਥਾਨਕ ਸਿੱਖ ਜਿਹੜੇ ਇਹਨਾਂ ਸਥਾਨਾਂ ਦੀ ਸੇਵਾ ਸੰਭਾਲ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਪੂਰਨ ਸਹਿਯੋਗ ਦੇਣ ਤਾਂ ਕਿ ਸਥਾਨਕ ਸਿੱਖ ਜਿਹੜਾ ਵਧੀਆ ਪ੍ਰਬੰਧ ਆਪਣੀਆਂ ਵੱਡੀਆਂ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਨਿਭਾ ਸਕਣ।
ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ। ਇੱਕ ਵਾਰੀ ਫਿਰ ਮੈਂ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਵੱਲੋਂ ਵਰਸਾਏ ਬਾਬਾ ਬਚਨ ਸਿੰਘ ਜੀ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ। ਔਰ ਇਸ ਗੱਲ ਕਹਿਣ 'ਚ ਵੀ ਕੋਈ ਗੁਰੇਜ਼ ਨਹੀਂ ਹੈ ਕਿ ਜਿੱਥੇ ਕੋਈ ਕਮੀ ਹੁੰਦੀ ਹੈ ਅਸੀਂ ਨਿੰਦਿਆ ਕਰਦੇ ਹਾਂ, ਪਰ ਅੱਜ ਇੱਥੇ ਇਹਨਾਂ ਦੀ ਉਸਤਤ ਕਰਨੀ ਬਣਦੀ ਹੈ, ਤਾਰੀਫ ਕਰਨੀ ਬਣਦੀ ਹੈ ਕਿ ਇੰਨੇ ਔਖੇ ਵਿਖੜੇ ਹਾਲਾਤਾਂ ਦੇ ਵਿੱਚ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਜਿਹੜੇ ਆ ਇਹਨਾਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਸਥਾਨ ਜਿਹੜੇ ਆ ਉਹ ਸੰਭਾਲੇ ਹੋਏ ਆ ਔਰ ਪ੍ਰਬੰਧ ਜਿਹੜਾ ਹੈ ਉਹ ਸੰਭਾਲ ਰਹੇ ਆ। ਅਤੇ ਮੈਂ ਉਹਨਾਂ ਦਾ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਸੇਵਾਵਾਂ ਨਿਭਾ ਰਹੇ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਕਰਦਾ ਉਹ ਇਹਨਾਂ ਗੁਰਦੁਆਰੇ ਸਾਹਿਬਾਨਾਂ ਨੂੰ ਆਪਣਾ ਭਰਪੂਰ ਸਹਿਯੋਗ ਦੇ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।